ਜਿਹੜਾ ਪੀਐਨਪੀ ਆਫਿਸ ਇਨ ਪ੍ਰਿੰਸ ਐਡਵਿਟਾ ਆਈਲੈਂਡ ਤੇ ਲੇਟੈਸਟ ਡਰਾਅ ਆਇਆ ਹੈ ਉਹ ਵੀ ਜਿਹੜਾ 50 ਪੁਆਇੰਟਸ ਤੇ ਆਇਆ ਹੈ ਕੀ ਇਹ ਚੀਜ਼ ਪਰਮਨੈਂਟ ਹੋ ਚੁੱਕੀ ਹੈ ਕਿ ਹੁਣ ਜਿਹੜਾ ਵੀ ਇਨਵਿਟੇਸ਼ਨ ਆਊਗਾ ਐਨਪੀਆਈ ਅੰਡਰ ਦ ਕ੍ਰਿਟੀਕਲ ਵਰਕਰਸ ਸਟ੍ਰੀਮ ਪ੍ਰੋਗਰਾਮ ਕੀ ਉਹ 50 ਪੁਆਇੰਟਸ ਤੋਂ ਕੱਟ ਨਹੀਂ ਆਊਗਾ ਕੀ ਇਹ ਸਾਰਾ ਮਸਲਾ ਇਹ ਵੀ ਸਮਝਾਂਗੇ ਨਾਲ ਕਿ ਜੇ ਪਰਮਨੈਂਟ ਹੋ ਜਾਂਦਾ ਹੈ ਕਿ ਜੇ 50 ਪੁਆਇੰਟਸ ਤੋਂ ਘੱਟ ਕਿਸੇ ਨੂੰ ਵੀ ਇਨਵਿਟੇਸ਼ਨ ਨਹੀਂ ਆਉਂਦਾ ਹੈਗਾ ਤਾਂ ਇਹਦਾ ਸੋਲੂਸ਼ਨ ਕੀ ਹੈ ਤਾਂ ਸੋਲੂਸ਼ਨ ਟੋਟਲੀ ਡਿਫਰੈਂਟ ਹੋਣ ਲੱਗਿਆ ਉਹਨਾਂ ਵਾਸਤੇ ਜਿਹੜੇ ਹਜੇ ਮੂਵ ਹੋਣਾ ਚਾਹੁੰਦੇ ਪੀਆਈ ਦੇ ਵਿੱਚ ਜਾਂ ਜਿਹੜੇ ਆਲਰੇਡੀ ਮੂਵ ਹੋ ਚੁੱਕੇ ਐ ਠੀਕ ਐ ਜਿਨ੍ਹਾਂ ਨੇ ਜਸਟ ਥੋੜਾ ਜਿਹਾ ਐਕਸਪੀਰੀਅੰਸ ਗੇਨ ਕੀਤਾ ਜਾਂ ਹਜੇ ਜੌਬ ਨਹੀਂ ਮਿਲੀ ਹੈਗੀ ਤੇ ਉਹਨਾਂ ਵਾਸਤੇ ਟੋਟਲੀ ਡਿਫਰੈਂਟ ਹੋਊਗਾ ਜਿਨ੍ਹਾਂ ਨੇ ਆਲਰੇਡੀ ਐਕਸਪੀਰੀਅੰਸ ਅਬਾਊਟ 5 ਟੂ 6 ਮੰਥ ਜਿਹੜਾ ਗੇਨ ਕਰ ਚੁੱਕੇ ਨੇ ਤੇ ਉਹਨਾਂ ਵਾਸਤੇ ਟੋਟਲੀ ਡਿਫਰੈਂਟ ਸੋਲੂਸ਼ਨ ਹੋਊਗਾ ਤਾਂ ਹਜੇ ਵੀ ਤੁਹਾਡੀ ਜਿਹੜੀ ਪੀਆਰ ਦੀ ਫਾਈਲ ਲੱਗ ਸਕਦੀ ਹੈ ਇਨ ਪ੍ਰਿੰਸ ਐਡਵਰ ਆਇਲੈਂਡ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਆਪਾਂ ਡੈਫੀਨਿਟਲੀ ਇੱਕ ਬਹੁਤ ਵਧੀਆ ਸੋਲੂਸ਼ਨ ਲੈ ਕੇ ਆਇਆ ਤੁਹਾਡੇ ਲਈ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਕਿ ਮੈਂ 5 ਸਾਲ ਪਹਿਲਾਂ ਕੈਨੇਡਾ ਆਇਆ ਸੀ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਜਿੰਨਾ ਵੀ ਇੱਥੇ ਅੱਗ ਮੈਂ ਐਕਸਪੀਰੀਅੰਸ ਗੇਨ ਕੀਤਾ ਅਬਾਊਟ ਇਮੀਗ੍ਰੇਸ਼ਨ ਉਹ ਜਿਹੜਾ ਆਪਾਂ ਇਸ ਚੈਨਲ ਤੇ ਸ਼ੇਅਰ ਕਰਦੇ ਆਂ ਤੇ ਜੇ ਤੁਸੀਂ ਵੀ ਚਾਹੋਣੇ ਤੁਹਾਡੀ ਇਮੀਗ੍ਰੇਸ਼ਨ ਦੀ ਨੌਲੇਜ ਚ ਵਾਧਾ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਾਕੀ ਦੀ ਵੀਡੀਓ ਆਪਾਂ ਇੰਡੋਰ ਕਰਾਂਗੇ ਜਿਹਦਾ ਰੀਜ਼ਨ ਹੈਗਾ ਬਾਹਰ ਕੰਸਟਰਕਸ਼ਨ ਚੱਲ ਰਹੀ ਜਿਹਦੇ ਕਰਕੇ ਬਹੁਤ ਜ਼ਿਆਦਾ ਖੜਕਾ ਹੋ ਰਿਹਾ ਸੀ ਤਾਂ ਮੈਂ ਸੋਚਿਆ ਕਿ ਅੰਡੋਰ ਵੀਡੀਓ ਬਣਾਈ ਜਾਵੇ ਤਾਂ ਕਿ ਤੁਸੀਂ ਮੈਨੂੰ ਪ੍ਰੋਪਰਲੀ ਸੁਣ ਸਕੋ ਹਾਂਜੀ ਬਿਨਾ ਕਿਸੇ ਦੇਰੀ ਤੋਂ ਹੁਣ ਚੱਲਦੇ ਆਪਾਂ ਸੋਲੂਸ਼ਨ ਵੱਲ ਤਾਂ ਸੋਲੂਸ਼ਨ ਤੋਂ ਜਾਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਬੈਕਗ੍ਰਾਉਂਡ ਸਮਝ ਲਈਏ ਪਹਿਲੇ ਕੀ ਹੁੰਦਾ ਸੀ ਜਦੋਂ ਕੋਈ ਵੀ ਕੈਂਡੀਡੇਟ ਆਪਣਾ ਪ੍ਰਿੰਸ ਐਡਲਡ ਆਇਲੈਂਡ ਮੂਵ ਹੁੰਦਾ ਸੀ ਫੋਰ ਦਾ ਪਰਮਨੈਂਟ ਰੈਜ਼ਡੈਂਸੀ ਉਹਨੇ ਕੀ ਕਰਨਾ ਹੁੰਦਾ ਸੀ 6 ਮਨ ਦਾ ਐਕਸਪੀਰੀਅੰਸ ਗੇਨ ਕਰਨਾ ਹੁੰਦਾ ਸੀ ਆ ਠੀਕ ਆ ਉਸ ਤੋਂ ਬਾਅਦ ਉਹ ਪੀਐਨਪੀ ਆਫਿਸ ਚ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰਦਾ ਤੇ ਉਹਨੂੰ ਆਰਾਮ ਨਾਲ ਇਨਵੀਟੇਸ਼ਨ ਆ ਜਾਂਦੀ ਕੋਈ ਪ੍ਰੋਬਲਮ ਨਹੀਂ ਸੀ ਬਟ ਕੀ ਹੁੰਦਾ 20 ਜੁਲਾਈ 2023 ਨੂੰ ਇਹ ਸਿਰਫ ਉਹਨਾਂ ਨੂੰ ਇਨਵੀਟੇਸ਼ਨ ਭੇਜਦੇ ਆ ਜਿਨ੍ਹਾਂ ਦੇ ਸਿਰਫ 50 ਪੁਆਇੰਟਸ ਤੋਂ ਉੱਪਰ ਬੰਦੇ ਆ ਤੇ ਉਸ ਤੋਂ ਬਾਅਦ ਸੈਕੰਡ ਡਰਾ ਹੁੰਦਾ 3 ਅਗਸਤ ਨੂੰ ਜਿਹਦੇ ਵਿੱਚ ਸਿਰਫ ਟਾਰਗੇਟਡ ਜਿਹੜੇ ਸੈਕਟਰਸ ਚ ਕੰਮ ਕਰ ਰਹੇ ਸੀ ਕੈਂਡੀਡੇਟਸ ਉਹਨਾਂ ਨੂੰ ਹੀ ਇਨਵੀਟੇਸ਼ਨ ਭੇਜਿਆ ਜਾਂਦਾ ਹੈ ਤੇ ਥਰਡ ਇਨਵੀਟੇਸ਼ਨ ਜਿਹੜਾ ਲੇਟੈਸਟ ਆਇਆ 17 ਅਗਸਤ 2023 ਨੂੰ ਉਹਦੇ ਵਿੱਚ ਸਿਰਫ ਉਹਨਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਜਿਨ੍ਹਾਂ ਦੇ 50 ਪੁਆਇੰਟਸ ਤੋਂ ਉੱਪਰ ਬੰਦੇ ਸੀ ਤਾਂ ਹੁਣ ਬਹੁਤ ਸਾਰੇ ਸਟੂਡੈਂਟਸ ਪੈਨਿਕ ਨੇ ਵੀ ਹੁਣ ਸਾਡਾ ਕੀ ਹੋਊਗਾ ਕਿ ਜੇ ਅਸੀਂ ਹੁਣ ਇੱਥੇ ਹੀ ਰਹੀਏ ਜਾਂ ਮੂਵ ਹੋ ਜੀਏ ਤਾਂ ਕੀ ਕਰੀਏ ਤਾਂ ਉਹਨਾਂ ਵਾਸਤੇ ਆਪਾਂ ਸੋਲੂਸ਼ਨ ਲੈ ਕੇ ਆਏ ਅੱਜ ਤਾਂ ਸੋਲੂਸ਼ਨ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਸੋਲੂਸ਼ਨ ਦੀ ਗੱਲ ਉਹਨਾਂ ਵਾਸਤੇ ਕਰਦੇ ਆਂ ਜਿਹੜੇ ਹਜੇ ਮੂਵ ਹੋਣਾ ਚਾਹੁੰਦੇ ਐ ਕਿ ਹਜੇ ਤੁਸੀਂ ਮੂਵ ਨਹੀਂ ਹੋਏ ਹੈਗੇ ਜਾ ਹਜੇ ਰੀਸੈਂਟਲੀ ਤੁਸੀਂ ਮੂਵ ਹੋਏ ਆਂ ਤੇ ਤੁਸੀਂ ਜੌਬ ਹਜੇ ਸਟਾਰਟ ਨਹੀਂ ਕੀਤੀ ਤਾਂ ਉਹਨਾਂ ਵਾਸਤੇ ਬੈਸਟ ਸੋਲੂਸ਼ਨ ਇਹੀ ਹੈ ਕਿ ਜਿਹੜੇ ਹਜੇ ਮੂਵ ਨਹੀਂ ਹੋਏ ਹੈਗੇ ਤਾਂ ਉਹ ਅਦਰ ਆਪਸ਼ਨਸ ਜਿਹੜੀਆਂ ਲੁੱਕ ਅਪ ਕਰ ਸਕਦੇ ਆ ਤੇ ਉਹਦੇ ਜੇ ਤੁਸੀਂ ਆਪਸ਼ਨਸ ਦੇਖਣੀਆਂ ਨੇ ਹਨਾ ਤਾਂ ਮੈਂ ਇੱਕ ਪਲੇਲਿਸਟ ਬਣਾਈ ਹੋਈ ਹੈ ਪ੍ਰੋਪਰ ਜਿਹਦੇ ਵਿੱਚ ਮੈਂ ਟੌਪ 5 ਪ੍ਰੋਵਿੰਸਸ ਕਵਰ ਕੀਤੀਆਂ ਨੇ ਇਨ ਕੈਨੇਡਾ ਜਿੱਥੇ ਤੁਸੀਂ ਈਜ਼ੀਲੀ ਪਰਮਨੈਂਟ ਰੈਜ਼ੀਡੈਂਸੀ ਲਈ ਐਲੀਜੀਬਲ ਹੋ ਸਕਦੇ ਆਂ ਤਾਂ ਮੈਂ ਚੈਕਲਿਸਟ ਦਾ ਜਿਹੜਾ ਲਿੰਕ ਹੈ ਉਹ ਆਪਣੇ ਡਿਸਕ੍ਰਿਪਸ਼ਨ ਚ ਵੀ ਦੇ ਦੂੰਗਾ ਉਹ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਕਿ ਤੁਹਾਡੇ ਕੋਲ ਹੋਰ ਕਿਹੜੀਆਂ ਆਪਸ਼ਨਸ ਨੇ ਤਾਂ ਜਿਹੜੇ ਆਲਰੇਡੀ ਮੂਵ ਹੋ ਚੁੱਕੇ ਹੈ ਜਿਹੜੇ ਜੌਬ ਨਹੀਂ ਸਟਾਰਟ ਕੀਤੀ ਤਾਂ ਉਹਨਾਂ ਵਾਸਤੇ ਇੱਕ ਏ ਵੀ ਬਹੁਤ ਵਧੀਆ ਸੋਲੂਸ਼ਨ ਹੈ ਕਿ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਸਿਰਫ ਇੱਕ ਪ੍ਰੋਗਰਾਮ ਨਹੀਂ ਹੈਗਾ ਜਿਹਦੇ ਅੰਦਰ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਹੋਰ ਵੀ ਬਹੁਤ ਡਿਫਰੈਂਟ ਪ੍ਰੋਗਰਾਮਸ ਹੈਗੇ ਆ ਇੱਕ ਉਹਨਾਂ ਦੇ ਵਿੱਚ ਹੈਗੇ ਪੀ ਐਨ ਪੀ ਐਕਸਪ੍ਰੈਸ ਐਂਟਰੀ ਤਾਂ ਜੇ ਤੁਸੀਂ ਨੌਕ ਬੀ ਦੀ ਜੌਬ ਲੱਭ ਲੈਣੇ ਹੋ ਜਾਂ ਆਪਾਂ ਕਹਦੇ ਆ ਟਾਇਰ 3 2 1 0 ਦੀ ਜੌਬ ਲੱਭ ਲੈਣੇ ਹੋ ਤੁਸੀਂ ਹਨਾ ਤਾਂ ਤੁਸੀਂ ਐਲੀਜੀਬਲ ਹੋ ਸਕਦੇ ਹੋ ਅੰਡਰ ਦਾ ਪੀ ਐਨ ਪੀ ਐਕਸਪ੍ਰੈਸ ਐਂਟਰੀ ਤਾਂ ਉਹਦੇ ਵਿੱਚ ਕੀ ਹੋਊਗਾ ਤੁਸੀਂ ਸਿਰਫ 1 ਸਾਲ ਦਾ ਐਕਸਪੀਰੀਅੰਸ ਗੇਨ ਕਰਨਾ ਹੈ ਅੰਡਰ ਦਾ ਨੌਕ ਬੀ ਠੀਕ ਹੈ ਜਾਂ ਆਪਾਂ ਟਾਇਰ ਮੈਂ ਤੁਹਾਨੂੰ ਦੱਸਦੇ ਉਹਨਾਂ ਦੇ ਵਿੱਚ ਤੁਸੀਂ 1 ਸਾਲ ਦਾ ਐਕਸਪੀਰੀਅੰਸ ਗੇਨ ਕਰਕੇ ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੋ ਜਾਓਗੇ ਫੋਰ ਦਾ ਪੀ ਐਨ ਪੀ ਤਾਂ ਇਹਦੇ ਵਿੱਚ ਤੁਹਾਨੂੰ ਬਹੁਤ ਵੱਡਾ ਬੈਨੀਫਿਟ ਮਿਲੂਗਾ ਕਿ ਇਹਦੇ ਵਿੱਚ ਤੁਸੀਂ ਜਲਦੀ ਪੀਆਰ ਹੋ ਜਾਓਗੇ ਐਜ਼ ਕੰਪੇਅਰ ਟੂ ਕ੍ਰਿਟੀਕਲ ਵਰਕਰ ਸਟ੍ਰੀਮ ਪ੍ਰੋਗਰਾਮ ਕਿਉਂਕਿ ਇਹਦੇ ਵਿੱਚ ਕੀ ਹੈ 1 ਸਾਲ ਦਾ ਐਕਸਪੀਰੀਅੰਸ ਗੇਨ ਕਰਕੇ ਉਸ ਤੋਂ ਬਾਅਦ ਤੁਸੀਂ ਸਿਰਫ 6 ਮੰਥ ਲੱਗਣਗੇ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਆਉਣ ਤੱਕ ਮੀਨਸ ਤੁਸੀਂ ਡੇਟ ਸਾਲ ਦੇ ਵਿੱਚ ਵਿੱਚ ਪੀਆਰ ਹੋ ਜਾਓਗੇ ਤਾਂ ਇਹ ਬਹੁਤ ਫਾਸਟ ਪ੍ਰੋਗਰਾਮ ਹੈ ਤੁਸੀਂ ਇਹਦੇ ਵਾਸਤੇ ਜਾ ਸਕਦੇ ਹੋ ਜੇ ਤੁਸੀਂ ਆਲਰੇਡੀ ਮੂਵ ਹੋ ਚੁੱਕੇ ਹੋ ਬਟ ਜੇ ਤੁਹਾਨੂੰ ਨੌਕ ਬੀ ਦੀ ਜੌਬ ਨਹੀਂ ਮਿਲਦੀ ਹੈਗੀ ਤਾਂ ਵੀ ਸਾਡਾ ਸੋਲੂਸ਼ਨ ਹੈਗਾ ਤਾਂ ਉਹ ਸੋਲੂਸ਼ਨ ਆਪਾਂ ਨੈਕਸਟ ਪਾਰਟ ਦੇ ਵਿੱਚ ਕਵਰ ਕਰ ਲੈਣੇ ਆ ਕਿ ਕੀ ਸੋਲੂਸ਼ਨ ਜੇ ਤੁਹਾਨੂੰ ਨੌਕ ਬੀ ਦੀ ਜੌਬ ਨਹੀਂ ਮਿਲਦੀ ਹੈਗੀ ਅੱਜ ਗੱਲ ਕਰ ਲੈਣੇ ਆ ਕਿ ਜਿਹੜੇ ਨੇ ਆਲਰੇਡੀ 5 ਟੂ 6 ਮੰਥ ਦਾ ਐਕਸਪੀਰੀਅੰਸ ਗੇਨ ਕਰ ਲਿਆ ਜਾਂ ਜਿਨ੍ਹਾਂ ਨੂੰ ਜਿਹੜੇ ਆਲਰੇਡੀ ਮੂਵ ਹੋ ਗਏ ਤੇ ਉਹਨਾਂ ਨੂੰ ਨੌਕ ਬੀ ਦੀ ਜੌਬ ਨਹੀਂ ਮਿਲ ਰਹੀ ਹੈਗੀ ਤਾਂ ਉਹਨਾਂ ਵਾਸਤੇ ਕੀ ਸੋਲੂਸ਼ਨ ਹੈ ਤਾਂ ਉਹਨਾਂ ਵਾਸਤੇ ਵੀ ਇੱਕ ਬਹੁਤ ਵਧੀਆ ਸੋਲੂਸ਼ਨ ਹੈਗਾ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਕਿ ਜੇ ਤੁਸੀਂ ਆਲਰੇਡੀ 5 ਟੂ 6 ਮੰਥ ਦਾ ਐਕਸਪੀਰੀਅੰਸ ਗੇਨ ਕਰ ਲਿਆ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਚੈੱਕ ਆਊਟ ਕਰਨਾ ਹੈ ਕਿ ਇਸ ਮੇਰਾ ਜਿਹੜਾ EMPLOYER ਹੈ ਉਹ ATLANTIC IMMIGRATION ਅੰਡਰਫਾਲ ਕਰਦਾ ਹੈ ਜਾਂ ਨਹੀਂ ਜੇ ਉਹ ਫਾਲ ਨਹੀਂ ਵੀ ਕਰਦਾ ਤੁਸੀਂ ਆਪਣੇ EMPLOYER ਨਾਲ ਗੱਲ ਕਰ ਲੋ ਕਿ ਤੁਸੀਂ ਅਪਲਾਈ ਕਰ ਦਿਓ ਅੰਡਰ ਦਾ ATLANTIC IMMIGRATION DESIGNATED EMPLOYERS ਦੀ ਲਿਸਟ ਦੇ ਵਿੱਚ ਠੀਕ ਹੈ ਤਾਂ ਜੇ ਉਹ ਉਹਦੇ ਲਈ ਕੁਆਲੀਫਾਈ ਕਰਦੇ ਹੈ ਤਾਂ इजीली ਉਹ ਅਪਲਾਈ ਕਰਕੇ ਉਹਨਾਂ ਦਾ ਨੰਬਰ ਆ ਜਾਊਗਾ ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਫਾਈਲ ਹੈ ਜਿਹੜੀ ਆਰਾਮ ਨਾਲ ਲਾ ਸਕਦੇ ਹੋ ਅੰਡਰ ਦਾ ATLANTIC IMMIGRATION ਪ੍ਰੋਗਰਾਮ ਇਦਾਂ ਰਿਕੁਆਇਰਮੈਂਟਸ ਦੀ ਗੱਲ ਕਰੀਏ ਤਾਂ ਇੱਕ ਸਾਲ ਦਾ ਐਕਸਪੀਰੀਅੰਸ ਚਾਹੀਦਾ ਠੀਕ ਹੈ ਤਾਂ ਮੈਂ ਸਾਈਟ ਤੇ ਵੀਡੀਓ ਦੇ ਦੇਣਾ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਠੀਕ ਹੈ ਤਾਂ ਉਹਦੇ ਵਿੱਚ ਤੁਸੀਂ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਕੀ ਕੀ ਰਿਕੁਆਇਰਮੈਂਟ ਨੇ ਤਾਂ ਉਹ ਰਿਕੁਆਇਰਮੈਂਟਸ ਤੁਸੀਂ ਈਜ਼ੀਲੀ ਮੀਟ ਕਰ ਸਕਦੇ ਹੋ ਜੇ ਤੁਹਾਡਾ ੈਂਪਲੋਇਰ ਹੈ ਜਿਹੜਾ ਕਨਵਿੰਸ ਹੁੰਦਾ ਕਿ ਹਾਂਜੀ ਮੈਂ ਤੁਹਾਨੂੰ ਇਹਦੇ ਅੰਡਰ ਪੇਪਰ ਦੇ ਦੂੰਗਾ ਤਾਂ ਤੁਹਾਨੂੰ ਕਿਤੇ ਵੀ ਮੂਵ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਤੁਸੀਂ ਆਪਦਾ ਐਕਸਪੀਰੀਅੰਸ ਹੈ ਜਿਹੜਾ ਕੰਟੀਨਿਊ ਰੱਖ ਸਕਦੇ ਹੋ ਤਾਂ ਤੁਹਾਡੇ ਲਈ ਬਹੁਤ ਈਜ਼ੀ ਹੋਊਗਾ ਇਹ ਠੀਕ ਹੈ ਇਹ ਇੱਕ ਸੋਲੂਸ਼ਨ ਵਧੀਆ ਹੋ ਸਕਦਾ ਹੈ ਕਿਉਂਕਿ ਜੇ ਤੁਸੀਂ ਕਿਤੇ ਹੋਰ ਮੂਵ ਹੋਵੋਗੇ ਹੁਣ 5 ਤੋਂ 6 ਮੰਨ ਦਾ ਐਕਸਪੀਰੀਅੰਸ ਗੇਨ ਕਰ ਲਿਆ ਠੀਕ ਹੈ ਤਾਂ ਉੱਥੇ ਜਾ ਕੇ ਵੀ ਤੁਹਾਨੂੰ ਦੁਬਾਰਾ ਇੱਕ ਸਾਲ ਦਾ ਐਕਸਪੀਰੀਅੰਸ ਗੇਨ ਕਰਨਾ ਪਊਗਾ ਕਿਉਂਕਿ ਮੈਨੂੰ ਲੱਗਦਾ ਕੋਈ ਹੋਰ ਪ੍ਰੋਵਿੰਸ ਹੈਗੀ ਸਿਰਫ ਇੱਕ ਪ੍ਰੋਵਿੰਸ ਹੈਗੀ ਸਸਕਾਚਵਨ ਜਿੱਥੇ ਤੁਸੀਂ 6 ਮੰਨ ਦਾ ਜਿਹੜਾ ਐਕਸਪੀਰੀਅੰਸ ਗੇਨ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਪੀਐਨਪੀ ਲਈ ਐਲੀਜੀਬਲ ਹੋ ਸਕਦੇ ਹੋ ਬਟ ਉਹਦੇ ਵਿੱਚ ਪ੍ਰੋਬਲਮ ਕੀ ਹੈ ਕਿਉਂਕਿ ਜਿੰਨੇ ਵੀ ਸਸਕਾਚਵਨ ਦੇ 엠ਪਲੋਇਰ ਨੇ ਠੀਕ ਹੈ ਤਾਂ ਉਹ ਬਹੁਤ ਜ਼ਿਆਦਾ ਖਰਾਬ ਨੇ ਮਤਲਬ ਹਰੇਕ ਬੰਦੇ ਤੋਂ ਉਹ ਹਰੇਕ ਸਟੂਡੈਂਟ ਤੋਂ ਪੈਸੇ ਮੰਗਦੇ ਆ ਕਿਉਂਕਿ ਉਹਨਾਂ ਦੀ ਪ੍ਰੋਬਲਮ ਕੀ ਹੈ ਉਹਨਾਂ ਨੂੰ ਇੱਕ ਸਾਲ ਦੇ ਵਿੱਚ ਲਿਮਟਿਡ ਸੀਟਸ ਹੁੰਦੀਆਂ ਨੇ ਉਹਨਾਂ ਕੋਲੇ ਜਿਨ੍ਹਾਂ ਨੂੰ ਉਹ ਪੀਐਨਪੀ ਲਈ ਪੇਪਰ ਦੇ ਸਕਦੇ ਆ ਜਿਹਨੂੰ ਕਹਿੰਦੇ ਨੇ ਐਸਆਈਐਨਪੀ ਠੀਕ ਹੈ ਤਾਂ ਉਹ ਲਿਮਟਿਡ ਬੰਦਿਆਂ ਨੂੰ ਹੀ ਪੇਪਰ ਦੇ ਸਕਦੇ ਆ ਤਾਂ ਉਹ ਬਹੁਤ ਜ਼ਿਆਦਾ ਸਟੂਡੈਂਟਸ ਤੋਂ ਪੈਸੇ ਮੰਗਦੇ ਆ ਤਾਂ ਇਹ ਤੁਹਾਡੇ ਲਈ ਇੱਕ ਵਧੀਆ ਜਿਹਾ ਸੇਫ ਆਪਸ਼ਨ ਨਹੀਂ ਹੈਗਾ ਤਾਂ ਤੁਸੀਂ ਇਹੀ ਪ੍ਰੋਗਰਾਮ ਤੁਹਾਡੇ ਲਈ ਵਧੀਆ ਹੋਊਗਾ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਠੀਕ ਹੈ ਇੱਕ ਸਾਲ ਦਾ ਐਕਸਪੀਰੀਅੰਸ ਗੈਨ ਕਰੋ ਉਸ ਤੋਂ ਬਾਅਦ ਐਟਲੈਂਟਿਕ ਇਮੀਗ੍ਰੇਸ਼ਨ ਦੇ ਅੰਡਰ ਠੀਕ ਹੈ ਆਪਣੀ ਫਾਈਲ ਲਗਾ ਦਿਓ ਤੁਹਾਡੀ ਆਲਮੋਸਟ 6 ਮਨ ਦੇ ਵਿੱਚ ਪਰਮਨੈਂਟ ਰੈਜ਼ਿਡੈਂਸੀ ਆ ਜਾਊਗੀ ਤਾਂ ਇਹ অপਸ਼ਨਸ ਹੈਗੇ ਨੇ ਜャ ਤੁਸੀਂ ਵੇਟ ਕਰ ਸਕਦੇ ਹੋ ਹਜੇ ਹਨਾ ਤਾਂ ਮੈਂ ਇੱਕ ਨਿਊਜ਼ ਸੁਣੀ ਹੈ ਕਿ 2024 ਚ ਇਹ ਦੁਬਾਰਾ ਓਪਨ ਕਰ ਦਣਗੇ ਤੁਹਾਡੇ ਲਈ ਅੰਡਰ ਕ੍ਰਿਟੀਕਲ ਵਰਕਰਸ ਸਟ੍ਰੀਮ ਪ੍ਰੋਗਰਾਮ ਹਰ ਇੱਕ ਨੂੰ ਜਿਹੜਾ ਇਨਵੀਟੇਸ਼ਨ ਆ ਜਾਊਗਾ ਕਿਉਂਕਿ ਇਹਨਾਂ ਨੇ ਜਿਹੜੇ ਇਨਵੀਟੇਸ਼ਨ ਦੇਣੇ ਸੀ 2023 ਦੇ ਵਿੱਚ ਉਹ ਆਲਮੋਸਟ 60 ਤੋਂ 70% ਇਹ ਦੇ ਚੁੱਕੇ ਨੇ ਠੀਕ ਹੈ ਤਾਂ ਹੁਣ ਇਹ ਜ਼ਿਆਦਾ ਇਨਵੀਟੇਸ਼ਨ ਨਹੀਂ ਦੇਣਗੇ ਇਨ 2023 ਬਟ 2024 ਦੇ ਵਿੱਚ ਠੀਕ ਹੈ ਤਾਂ ਇਹ इजीली ਜਿਹੜੇ ਤੁਹਾਨੂੰ ਇਨਵੀਟੇਸ਼ਨ ਦੇਣ ਲੱਗ ਜਾਣਗੇ ਜਿਹੜੀ ਲੇਟੈਸਟ ਨਿਊਜ਼ ਮੈਂ ਸੁਣੀ ਹੈ ਪੀਐਨਪੀ ਆਫਿਸ ਵੱਲੋਂ ਜਿਆਦਾ ਤੁਸੀਂ ਵੇਟ ਕਰ ਲਓ ਇਹ ਵੀ ਇੱਕ ਵਧੀਆ ਸੋਲੂਸ਼ਨ ਹੈ ਜਾਂ ਤੁਸੀਂ ਆਪਣਾ ਐਕਸਪੀਰੀਅੰਸ ਗੇਨ ਕਰੀ ਚੱਲੋ ਹਨਾ ਤੇ ਤਾਂ ਤੁਸੀਂ ਉਸ ਤੋਂ ਬਾਅਦ ਆਪਣੀ ਫਾਈਲ ਜਿਹੜਾ इजीली ਲਗਾ ਸਕੋਗੇ ਅੰਡਰ ਦਾ ਅਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਬਟ ਇਜ਼ ਦਾ ਬੈਨੀਫੀਟ ਲੈਂਦੇ ਲਈ ਮੇਕ ਸ਼ੂਰ ਕਰਿਓ ਜਿਹੜੀ ਤੁਹਾਡੀ ਜੌਬ ਹੈ ਉਹ ਟਾਇਰ 4 ਦੇ ਵਿੱਚ ਆਉਣੀ ਚਾਹੀਦੀ ਹੈ ਨਾਰਡਰ ਇੰਟੀਗਰ 5 ਜੇ ਤੁਹਾਡੀ ਜੌਬ ਟੀਅਰ 5 ਦੇ ਵਿੱਚ ਆਉਂਦੀ ਹੈ ਤਾਂ ਤੁਸੀਂ ਇਹਦਾ ਬੈਨੀਫਿਟ ਨਹੀਂ ਲੈ ਸਕਦੇ ਐਨਿਕਸੇ ਵੀਡੀਓ ਜੇ ਵੀਡੀਓ ਵਧੀਆ ਲੱਗੀ ਵੀਡੀਓ ਇਨਫੋਰਮੇਟਿਵ ਲੱਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ